ਦਾ ਨਾਮ ਸੁਰਜੀਤ ਕੌਰ ਜੀ ਆ ਔਰ ਇਹਨਾਂ ਦੇ ਪਤੀ ਦੀ ਗਵਾਹੀ ਆ। ਇਹ ਗਵਾਹੀ ਦੇ ਵਿੱਚ ਦੱਸਦੇ ਨੇ ਕਿ ਇਹਨਾਂ ਨੂੰ 5-6 ਸਾਲ ਤੋਂ ਲਗਾਤਾਰ ਇਹ ਪ੍ਰੋਬਲਮ ਸੀ। ਇੱਕ ਧੜਕਣ ਇਹਨਾਂ ਦੀ ਬਹੁਤ ਜ਼ਿਆਦਾ ਵੱਧਦੀ ਸੀ ਔਰ ਇਹਨਾਂ ਨੂੰ ਸ਼ੂਗਰ ਬਹੁਤ ਜ਼ਿਆਦਾ ਸੀ। 5-6 ਸਾਲ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਇਲਾਜ ਕਰਵਾਇਆ ਲੇਕਿਨ ਇਹਨਾਂ ਨੂੰ ਕਿਤੋਂ ਵੀ ਕੋਈ ਫਰਕ ਨਹੀਂ ਪਿਆ। ਕੁਝ ਹੀ ਦਿਨਾਂ ਦੇ ਬਾਅਦ ਇਹਨਾਂ ਨੂੰ ਪਹਿਲਾਂ ਕੁਝ ਦਿਨ ਪਹਿਲਾਂ ਇਹਨਾਂ ਨੂੰ ਇਸ ਮਿਨਿਸਟਰੀ ਦੇ ਬਾਰੇ ਪਤਾ ਲੱਗਾ, ਪ੍ਰਭੂ ਦੀ ਹਜ਼ੂਰੀ 'ਚ ਆਉਣਾ ਸ਼ੁਰੂ ਕੀਤਾ ਔਰ ਇਹ ਅੱਜ ਇਹ ਗਵਾਹੀ ਦੇ ਵਿੱਚ ਦੱਸਦੇ ਨੇ ਕਿ ਜਦੋਂ ਇਹ ਪ੍ਰਭੂ ਦੀ ਹਜ਼ੂਰੀ 'ਚ ਆਉਣਾ ਸ਼ੁਰੂ ਕੀਤਾ ਤੁਹਾਡੇ ਦੁਆਰਾ ਪ੍ਰਾਰਥਨਾ ਹੋਈ ਔਰ ਪ੍ਰੋਫੈਸੀ ਨੂੰ ਰਿਸੀਵ ਕੀਤਾ ਔਰ ਸੱਚਮੁੱਚ ਇਹ ਬਿਲਕੁਲ ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੋਰਮਲ ਇਹ ਬਿਲਕੁਲ ਚੰਗੇ ਹੋ ਚੁੱਕੇ, ਫਿਰ ਵੀ ਇਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਪਤਾ ਨਹੀਂ ਅਸੀਂ ਠੀਕ ਹੋਏ ਕਿ ਨਹੀਂ। ਫਿਰ ਇਹਨਾਂ ਨੇ ਟੈਸਟ ਕਰਵਾਏ ਔਰ ਜਦੋਂ ਹੀ ਟੈਸਟ ਕਰਵਾਏ ਇਹਨਾਂ ਦੇ ਸਾਰੇ ਟੈਸਟ ਨੋਰਮਲ ਆਏ ਪ੍ਰਭੂ ਯਸ਼ੂ ਮਸੀਹ ਦੇ ਨਾਮ। ਇਹ ਵੱਡੀ ਗਵਾਹੀ ਦੇ ਲਈ ਪ੍ਰਭੂ ਯਸ਼ੂ ਮਸੀਹ ਜੀ ਦਾ ਪ੍ਰਭੂ ਦੇ ਦਾਸ ਦਾ ਕਹਿ ਨੂੰ ਧੰਨਵਾਦ ਕਰਦੇ ਹਾਂ। ਜੋਰ ਨਾਲ ਬੋਲੋ ਡਾਕਟਰ, ਮਨ ਤੋਂ ਬੋਲੋ ਡਾਕਟਰ। ਕਿੰਨਕ ਨੂੰ ਅੱਜ ਯਸ਼ੂ ਮਸੀਹ ਦੇਖ ਰਿਹਾ ਜਗ੍ਹਾ ਤੇ, ਬਾਈਬਲ ਦਾਦੀ ਉਹ ਕੰਮਾਂ ਦੁਆਰਾ ਦਿਖਦਾ ਹੈ। ਹਾਲੇਲੂਇਆ। ਅੱਜ ਜਿਨ੍ਹਾਂ ਨੂੰ ਦਿਖ ਰਿਹਾ ਜਿਹੜੇ ਵਿਸ਼ਵਾਸ ਕਰ ਰਹੇ ਉਹ ਫ੍ਰੀ ਹੋ ਰਹੇ ਯਸ਼ੂ ਮਸੀਹ ਦੇ ਨਾਲ, ਉਹ ਫ੍ਰੀ ਹੋ ਰਹੇ ਯਸ਼ੂ ਮਸੀਹ ਦੇ ਨਾਲ। ਧਿਆਨ ਸੁਣੋ, ਮਾਤਾ ਜੀ ਨੂੰ ਫੋਨ ਦਿਓ, ਮਾਤਾ ਜੀ ਨੂੰ ਮੋਬਾਈਲ ਓ ਸੋਰੀ ਮਾਈਕ ਦਿਓ। ਮਾਤਾ ਜੀ ਤੁਹਾਡਾ ਕੀ ਨਾਮ ਹੈ? 5 ਸਾਲ ਹੋਇਆ, ਸ਼ੂਗਰ ਆ, ਦਿਲ ਧੜਕਣ ਡਿਆ ਤੇ ਕੁਛ ਦਿਲ ਹੀ ਫਟਫਟ ਵੱਜਦਾ, ਇੱਕ ਇਹਨੂੰ ਬੀਬੀ ਵਾਧਾ ਕਰਦਾ। ਮੈਂ ਬੜੇ ਡਾਕਟਰ ਕੋਲ ਬੜਾ ਕੁਛ ਕੀਤੀ, ਕੋਈ ਆਰਾਮ ਨਹੀਂ ਆਇਆ। ਮੈਨੂੰ ਪਿਛੇ ਆਪਣੇ ਨਗਰੀ ਦੇਖੇ ਕਿ ਇੱਥੇ ਸੰਗਤ ਤੇ ਲੈ ਕੇ ਜਾਓ, ਉਹਦੇ ਠੀਕ ਹੋ ਜਾਊਗਾ ਤੇ ਪਰਮੇਸ਼ਰ ਨੇ ਮੇਰ ਕਿਤੇ ਠੀਕ ਹੋ ਗਿਆ। ਠੀਕ ਹੋ ਗਿਆ, ਦਵਾਈ ਡਾਕਟਰ ਵੀ ਦਵਾਈ ਕੋਈ ਦਿੱਤੇ ਨਹੀਂ ਗਏ, ਕੋਈ ਕੋਈ ਰੋਗ ਨਹੀਂ। ਕਿਆ ਬਾਤ, ਮੈਂ ਫਿਰ ਘਰ ਆਪਸ ਲੈ ਡਾਕਟਰ ਕੋ ਰਿਪੋਰਟਾਂ ਕਰਾਈਆਂ, ਕਹਿੰਦਾ ਕੋਈ ਰੋਗ ਨਹੀਂ, ਹੁਣ ਕੋਈ ਦਵਾਈ ਨਹੀਂ ਦੇਣੀ। ਤਰੀਫ ਘੱਟ ਹੈ ਚਾਚੀ। ਸੁਣੋ ਮਾਤਾ, ਕੀ ਨਾਮ ਹੈ ਤੁਹਾਡਾ? ਹਾਂਜੀ, ਕੀ ਨਾਮ ਹੈ? ਮੇਰਾ ਨਾਮ ਗੁਰਮੀਤ ਸਿੰਘ, ਪਿੰਡ ਨੰਗਲੀ ਆ ਜੀ। ਪਿੰਡ ਨੰਗਲੀ? ਹਾਂਜੀ। ਤੇ 5-6 ਸਾਲ ਹੋ ਗਏ ਮੈਨੂੰ ਦਵਾਈਆਂ ਖਾਂਦੇ ਨੂੰ, ਸ਼ੂਗਰ ਹਾਂ ਤੇ ਬਲੱਡ ਪ੍ਰੈਸ਼ਰ ਵਾਧਾ ਘਟਦਾ ਤੇ ਇੱਕ ਦਿਲ ਦੀ ਧੜਕਣ ਵਧਦੀ ਆ, ਦਿਲ ਨੂੰ ਘਬਰਾਹਟ ਬਹੁਤ ਪੈਂਦੀ। ਮੈਂ ਰੋਟੀ ਖਾਂਦਾ ਖਾਂਦਾ ਛੱਡ ਕੇ ਭੱਜ ਉੱਠਦਾ ਹਾਂ। ਮੈਂ ਕਰਦੀ ਨੂੰ ਆਖਿਆ ਮੈਂ ਮਰ ਚਲੇ, ਮੈਂ ਮਰ ਚਲੇ, ਮੈਨੂੰ ਬਚਾ ਲਾ। ਆਂਦੀ ਕੀ ਹੋਇਆ ਕੀ ਹੋਇਆ? ਮੈਂ ਮੈਨੂੰ ਕੁਛ ਹੁੰਦਾ ਜਾਂਦਾ, ਮੈਂ ਡਿੱਗ ਪੈਣ ਲੱਗਾ ਜੀ। ਅੱਛਾ। ਤੇ ਉਹ ਮੁੜ ਕੇ ਸਾਡੇ ਪਿੰਡ ਦਾ ਮੁੰਡਾ ਜੋ ਬਣਿਆ ਇੱਥੇ ਸੇਵਾ ਕਰਦਾ, ਹਾਂਜੀ, ਉਹਨੇ ਮੈਨੂੰ ਦੱਸਿਆ ਵੀ ਤੁਸੀਂ ਉੱਥੇ ਜਾਓ ਠੀਕ ਹੋ ਜਾਓਗੇ ਤੇ ਉਹ ਸਾਨੂੰ ਲੈ ਕੇ ਆਏ ਆ। ਅੱਜ ਮੈਨੂੰ 5ਵਾਂ ਐਤਵਾਰ ਹੋ ਗਿਆ। ਅੱਛਾ ਜੀ। ਪਹਿਲੇ ਐਤਵਾਰ ਤੋਂ ਮੇਰੀਆਂ ਦਵਾਈਆਂ ਜਿੰਨੀਆਂ ਪਈਆਂ ਸੀ ਸਾਰੀਆਂ ਉੱਦਾਂ ਪਈਆਂ, ਮੈਂ ਦਵਾਈ ਨੂੰ ਬਿਲਕੁਲ ਜੀ ਨਹੀਂ ਕਰਦਾ। ਦਵਾਈ ਦੱਸਣ ਦੀ ਲੋੜ ਨਹੀਂ ਹੈ। ਹਾਂਜੀ, ਐਂ ਠੀਕ ਹੋ ਗਿਆ ਜੀ, ਬਿਲਕੁਲ ਸਾਰੀਆਂ ਰਿਪੋਰਟਾਂ ਨਾਰਮਲ ਆਈਆਂ। ਤਰੀਫ ਘੱਟ ਚੱਲ, ਚੋਰ ਨਾਲ ਚੋਰ ਨਾਲ ਚੋਰ ਨਾਲ ਨਾਲ ਡਰੋ ਮਤ, ਚੁੱਪ ਚਾਪ ਖੜੇ ਰਹੋ, ਖੁਦਾ ਕੀ ਨਜਾਤ ਕੇ ਕੰਪਦੇ ਕੋ। ਡਰੋ ਮਤ, ਚੁੱਪ ਚਾਪ ਖੜੇ ਰਹੋ, ਖੁਦਾ ਕੀ ਨਜਾਤ ਕੇ ਕੰਪਦੇ ਕੋ। ਖੁਦਾ ਕੀ ਨਜਾਤ ਕੇ ਕੰਪਦੇ ਕੋ, ਖੁਦਾ ਕੀ ਨਜਾਤ ਕੇ ਕੰਪਦੇ ਕੋ। ਡਰੋ ਮਤ, ਚੁੱਪ ਚਾਪ ਖੜੇ ਰਹੋ, ਖੁਦਾ ਕੀ ਨਜਾਤ ਕੇ ਕੰਪਦੇ ਕੋ। ਨਜਾਤ ਕੇ ਕਾਮ ਦੇਖੋ ਨਾਲ ਚੋਰ ਨਾਲ ਮੈਂ ਪਰਮੇਸ਼ਰ ਤਰੀਫ ਕਰ ਤੇ ਚਰਚ ਚੋਰ ਨਾਲ ਸਭ ਵੱਲੋਂ ਡਾਕਟਰ ਚੋਰ ਨਾਲ ਮੈਂ ਪ੍ਰਭੂ ਬਲੈਸ ਕਰੇ ਗਵਾਈ ਨਾਲ।